हांजी सत श्री अकाल जी सारा नू सत श्री अकाल सारा नू तुहानू पता तुसी क्यों आए वीडियो च नहीं तुसी बुलाया इस करके ऑलराइट सो मेरे दिमाग विच मैं बहुत रिपोर्टां पढ़ियां जिवें हुण सारे वेले बैठे ते एक जहन दे करीब अगे भी असीं इस टॉपिक दी गल कीती ते मैडम नूं मैं तां नाल लैके आया वी मेरे दिमाग दे विच आ नहीं रहा भी किद्दां इहदा मैसेज दे जिवें आपां स्टोरी लभ लैंदे हां कोई हैना जिवें तुसीं देखिया पग पहिणन वाली स्टोरी सीगी जां होर साडे दिमाग दे विच आई सो बिजी चल रहे ने मैडम भी ते मेरे दिमाग च नहीं आया सो मैं सोचा वी नूं मैं इदां ही कैमरा लैके बह जांदा हुण चाहे हां हुण चाहे 25 मिंट दी वीडियो उहने कट के पा लांगे बट इहनूं सवाल थोड़े सामने पुछूंगा ते क्योंकि फिर जद प्रेशर हुंदा थोड़ा जिहा तां फिर शायद इह बैटर एक्सप्लेन कर सकदे रेडी ओके रेडी हांजी सो बड़ा सीरियस टॉपिक आ जी ते तुहाडी वी हैल्प दी लोड़ आ वी इहनूं शेयर करना ते इहनूं समझ के जे तुसीं इह कुछ देख सकदे हो तां उहनूं स्टॉप करना सो टॉपिक है डोमेस्टिक वायलेंस घरेलू हिंसा सो पहला तो चलो नॉर्मल जिंदगी चलती सी बाहर निकल जाते अंदर आ जाते सो डोमेस्टिक वायलेंस पहला कह दिए भी बंदे दे नाल होवे चाहे लेडीज नाल होवे डोमेस्टिक वायलेंस वायलेंस आ सो असीं कोई नहीं मान के चल रहे भी सिर्फ लेडीज नाल हुंदी आ कई बंदे भी अब्यूज होंदे ने बंदे दे भी छित्र पैंदे ने उहनूं कुटदे ने ते मेंटल अब्यूज होंदा सो इह उह उस टॉपिक ते आ हुण सारियां रिपोर्ट्स भी आ रही सारे देशों के पहला चलो हसबेंड जे अब्यूज करता सी जां वाइफ अब्यूज करदी सी तां घरों बाहर निकल के बंदे नूं थोड़ा जिहा साह आ जांदा सी ਤਾਂ ਕਰਕੇ ਉਹ ਬੰਦਾ ਰਿਲੇਸ਼ਨਸ਼ਿਪ 'ਚ ਰਹੀ ਜਾਂਦਾ ਸੀ ਅਤੇ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਹੁਣ ਤਾਂ ਇੱਕ ਘਰ 'ਚ ਬੰਦ ਕਰਤੇ ਬਿਕੋਜ਼ ਲੋਕਡਾਊਨ ਹੋ ਗਿਆ ਸਾਰੇ ਹੈਗੇ ਅਤੇ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਵਿਕਟਮ ਹੁੰਦੇ ਨੇ ਯਾਨੀ ਕਿ ਜਿਹਨਾਂ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਜਿੰਨੀ ਕਿ ਮੇਰੀ ਅੰਡਰਸਟੈਂਡਿੰਗ ਆ ਉਹ ਬੰਦਾ ਪਹਿਲਾਂ ਨਿਊਜ਼ ਦੇ ਵਿੱਚ ਵੀ ਕਈ ਸਟੈਟਿਸਟਿਸ਼ੀਅਨਸ ਨੇ ਜਾਂ ਲਾਇਰਸ ਨੇ ਗੱਲ ਕੀਤੀ ਕਿ ਉਹਦੇ ਚਾਂਸਸ ਇਨਕਰੀਜ਼ ਹੋ ਸਕਦੇ ਨੇ ਬਿਕੋਜ਼ ਕਿਉਂਕਿ ਵਿਕਟਮ ਜਿਹੜਾ ਉਹਨੂੰ ਬਾਹਰ ਨਿਕਲਣ ਤੋਂ ਗਿਆ ਤੇ ਉਹ ਡਰ ਦੇ ਕਰਕੇ ਉਹ ਵਿਕਟਮ ਆ ਮੈਨੂੰ ਡਰ ਲੱਗਦਾ ਮੈਂ ਨਾਲ ਵੈਸੇ ਵੀ ਅਸੀਂ ਇਸ ਬਾਰੇ ਮੇਰੇ ਖਿਆਲ ਪਹਿਲਾਂ ਵੀ ਗੱਲ ਕੀਤੀ ਸੀ ਕਾਫੀ ਦੇਰ ਪਹਿਲਾਂ ਕਿ ਡੋਮੈਸਟਿਕ ਵਾਇਲੈਂਸ ਇੱਕ ਤਰ੍ਹਾਂ ਨਾਲ ਬੁਲਿੰਗ ਵਰਗਾ ਹੀ ਹੈ ਤੇ ਜਦ ਬੁਲੀ ਦੇ ਸਾਹਮਣੇ ਉਹਦਾ ਵਿਕਟਿਮ ਹੁੰਦਾ ਆ ਤੇ ਉਹ ਵਿਕਟਿਮ ਡਰ ਜਾਂਦਾ ਤੇ ਬੁਲੀ ਐਗਰੇਵੇਟ ਹੋ ਜਾਂਦਾ ਉਹਨੂੰ ਦੇਖ ਕੇ ਖਿੱਚੜਦੀ ਆ ਸੋ ਤੁਹਾਡੇ ਲਈ ਸਵਾਲ ਇਹ ਸੀਗਾ ਵੀ ਜਿਹੜਾ ਇਹ ਉਹਦੇ ਲਈ ਨੀਗਾ ਜਿਹੜਾ ਡੋਮੈਸਟਿਕ ਵਾਇਲੈਂਸ ਕਰ ਰਿਹਾ ਵੀ ਤੂੰ ਰੁਕ ਜਾ ਕਿਉਂਕਿ ਉਹਨੇ ਤਾਂ ਰੁਕਣਾ ਨਹੀਂ ਸ਼ੇਰ ਨੂੰ ਕਹਾਂਗੇ ਵੀ ਤੂੰ ਮੈਨੂੰ ਨਾ ਖਾ ਕਿਉਂਕਿ ਮੈਂ ਤੈਨੂੰ ਨਹੀਂ ਖਾ ਰਿਹਾ ਉਹ ਤਾਂ ਬੇਵਕੂਫਾਂ ਵਾਲੀ ਗੱਲ ਤੇ ਮੈਂ ਨਹੀਂ ਕਹਿ ਰਿਹਾ ਵੀ ਡੋਮੈਸਟਿਕ ਵਾਇਲੈਂਸ ਕਰਨ ਵਾਲੇ ਸ਼ੇਰ ਨੇ ਪਰ ਮੈਂ ਉਹਦੀ ਖਾਣ ਦੀ ਆਦਤ ਦੀ ਗੱਲ ਕਰਾਂ ਵੀ ਕਿਸੇ ਮਾਸਾਹਾਰੀ ਨੂੰ ਕਹੋਗੇ ਮੈਨੂੰ ਨਾ ਖਾ ਸ਼ਿਕਾਰੀ ਨੂੰ ਕਹੋਗੇ ਮੈਨੂੰ ਨਾ ਮਾਰ ਮੈਂ ਸ਼ਿਕਾਰ ਹਾਂ ਮੈਂ ਤਾਂ ਕਿਹੜਾ ਤੇਰਾ ਸ਼ਿਕਾਰ ਕੀਤਾ ਬੇਵਕੂਫਾਂ ਵਾਲੀ ਗੱਲ ਆ ਕਈ ਵਾਰ ਹੋ ਸਕਦਾ ਮੇ ਬੀ ਤੁਸੀਂ ਮੋਟੀਵੇਟ ਹੋ ਕੇ ਤੁਸੀਂ ਸ਼ੇਰ ਤੋਂ ਬੱਕਰੀ ਬਣ ਜਾਓ ਬੱਕਰੀ ਨਹੀਂ ਸ਼ੇਰ ਤੋਂ ਬਚ ਜਾਓ ਸੋ ਇਹ ਜਿਹੜੀ ਵੀਡੀਓ ਹੈ ਸਿਰਫ ਤੇ ਸਿਰਫ ਹੈਗੀ ਆ ਇਹ ਜਿਹੜੇ ਵਿਕਟਿਮਸ ਨੇ ਜੇ ਉਹ ਕਿਤੇ ਕਿਉਂਕਿ ਫੋਨ ਤਾਂ ਤੁਹਾਡੇ ਕੋਲ ਵੀ ਹੋਣਾ ਜੇ ਤੁਸੀਂ ਆਹ ਵੀਡੀਓ ਦੇਖ ਰਹੇ ਮੈਂ ਚਾਹੁੰਦਾ ਵੀ ਉਹਨਾਂ ਨੂੰ ਆਪਾਂ ਕਿੱਦਾਂ ਸਮਝਾਈਏ ਤੇਰੇ ਦਿਮਾਗ ਦੇ ਵਿੱਚ ਕੋਈ ਇਹੋ ਜਿਹੀ ਸਟੋਰੀ ਤੂੰ ਕਿਤੇ ਪੜ੍ਹੀ ਹੋਵੇ ਕੁਛ ਆਦਿ ਹੋਵੇ ਕਿੱਦਾਂ ਦਾ ਫੀਲ ਹੁੰਦਾ ਤਾਂ ਕਿ ਵਿਕਟਿਮ ਇਹ ਵੀਡੀਓ ਦੇਖ ਕੇ ਕਹੇ ਵੀ ਹਾਂ ਹਾਂ ਯਾਰ ਮੈਨੂੰ ਇੱਦਾਂ ਹੀ ਫੀਲ ਹੁੰਦਾ ਕਿਉਂਕਿ ਜਿਹੜੇ ਉਹ ਦੇਖ ਕੇ ਕਹਿਣਗੇ ਵੀ ਹਾਂ ਮੈਨੂੰ ਇੱਦਾਂ ਹੀ ਫੀਲ ਕਰਨਾ ਤਾਂ ਸ਼ਾਇਦ ਫਿਰ ਉਹ ਨੈਕਸਟ ਸਰਵਾਈਵਰ ਵਾਲਾ ਸਟੈਪ ਲੈਣਗੇ ਸੋ ਇਹ ਮੈਂ ਚਾਹੁੰਦਾ ਸੀ ਵੀ ਆਪਾਂ ਵਿਕਟਿਮ ਨੂੰ ਕਹੀਏ ਵੀ ਤੁਸੀਂ ਸਾਡੀ ਵੀਡੀਓ ਦੇਖੋ ਤੇ ਵਿਕਟਮ ਨੂੰ ਇਹ ਪਤਾ ਲੱਗ ਜਾਵੇ ਮੈਂ ਸਰਵਾਈਵਰ ਕਿੱਦਾਂ ਬਣਨਾ ਨਾ ਮੈਂ ਵਿਕਟਮ ਨਹੀਂ ਰਹਿਣਾ ਮੈਂ ਡਰਦੇ ਨਹੀਂ ਰਹਿਣਾ ਮੈਂ ਘਰੇ ਰਹਿ ਕੇ ਵੀ ਹੁਣ ਮੈਂ ਕਿੱਦਾਂ ਬਿਫੋਰ ਮੇਰਾ ਪਾਣੀ ਸਿਰ ਤੋਂ ਉੱਤੋਂ ਨਿਕਲ ਜਾਵੇ ਮੇਰੇ ਨਾਲ ਕੋਈ ਅਣਹੋਣੀ ਹੋਵੇ ਮੈਂ ਕਿੱਦਾਂ ਓਕੇ ਹੁਣ ਪਾਣੀ ਵਾਲੀ ਗੱਲ ਤੇ ਮੈਨੂੰ ਯਾਦ ਆਇਆ ਕਿ ਪਾਣੀ ਵਾਲੀ ਗੱਲ ਤੋਂ ਯਾਦ ਆਇਆ ਮੈਨੂੰ ਕਿ ਹੈ ਤੇ ਵੈਸੇ ਅਸੀਂ ਜਦੋਂ ਕਦੇ ਏਦਾਂ ਦੀ ਗੱਲ ਕਰਦੇ ਹਾਂ ਹੁਣ ਵੀ ਅਸੀਂ ਅੱਜ ਕੱਲ੍ਹ ਸਾਰਿਆਂ ਨੂੰ ਜੇ ਵੀਡੀਓਜ਼ ਵੀ ਦੇਖੋ ਜਾਂ ਕੁਛ ਹੋਰ ਦੇਖੋ ਤੇ ਉੱਥੇ ਲਿਖਿਆ ਟੇਕ ਵਨ ਡੇ ਐਟ ਅ ਟਾਈਮ ਹੈ ਨਾ ਆਪਣੀ ਤਰਫ ਅਸੀਂ ਮੋਟੀਵੇਟ ਕਰਨ ਨੂੰ ਕਰਦੇ ਹਾਂ ਕਿ ਹਾਂ ਵੀ ਤੁਸੀਂ ਇੱਕ ਦਿਨ ਕਰਕੇ ਬਈ ਲੰਘਾਈ ਜਾਓ ਜਿਹੜੇ ਹੁਣ ਦਿਨ ਆ ਰਹੇ ਨੇ ਪਰ ਕਈ ਵਾਰ ਉਹ ਇੱਕ ਦਿਨ ਲੰਘਾਉਣਾ ਵੀ ਜਿਹਦੇ ਨਾਲ ਡੋਮੈਸਟਿਕ ਵਾਇਲੈਂਸ ਹੋ ਰਿਹਾ ਉਹਦੇ ਲਈ ਬਹੁਤ ਵੱਡੀ ਗੱਲ ਆ ਉਹ ਇੱਕ ਦਿਨ ਨਹੀਂ 24 ਘੰਟੇ ਨੇ ਉਹਨਾਂ ਲਈ ਠੀਕ ਹੈ ਨਾ ਤੇ ਉਹ ਪਹਿਲੇ ਹੀ ਸੌਰੀ ਸੌਰੀ ਪਾਸ ਕਰ ਰਿਹਾ ਤੇ ਗਰਾਂ ਟੌਪਿਕ ਇੰਟਰਸਟਿੰਗ ਹੀ ਲੱਗਿਆ ਸੋ ਜਾ ਰਹੀ ਬਾਏ ਬਾਏ ਤੇ ਉਹ ਚੀਜ਼ ਦਾ ਆਪਾਂ ਦੇਖੀਏ ਜੇ ਕਈ ਵਾਰ ਜਿਹੜਾ ਡੋਮੈਸਟਿਕ ਵਾਇਲੈਂਸ ਵਿੱਚ ਹੁੰਦਾ ਹੈ ਉਹਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਦੇ ਨਾਲ ਡੋਮੈਸਟਿਕ ਵਾਇਲੈਂਸ ਹੋ ਰਹੀ ਹੈ ਔਰ ਉਹ ਇਸ ਕਰਕੇ ਨਹੀਂ ਹੁੰਦਾ ਕਿ ਜਿਵੇਂ ਜਿਹੜਾ ਬੰਦਾ ਪਿਆਸਾ ਹੈ ਉਹ ਪਿਆਰ ਦਾ ਪਿਆਸਾ ਹੈ ਪਾਣੀ ਦਾ ਪਿਆਸਾ ਇਨ ਦਿਸ ਕੇਸ ਪਾਣੀ ਦਾ ਕਿ ਪਿਆਰ ਪਾਣੀ ਦਾ ਪਿਆਰ ਦਾ ਪਿਆਸਾ ਹੋਊਗਾ ਪਾਣੀ ਥੋੜੀ ਹੋਊਗਾ ਨਹੀਂ ਪਾਣੀ ਦਾ ਸੁਣੋ ਤਾਂ ਸਹੀ ਓਕੇ ਠੀਕ ਜਿਹਨੂੰ ਬਹੁਤ ਪਿਆਸ ਲੱਗੀ ਹੈ ਪਾਣੀ ਚਾਹੀਦਾ ਆ ਉਹਦੇ ਲਈ ਥੋੜਾ ਜਿਹਾ ਪਾਣੀ ਵੀ ਬਹੁਤ ਹੁੰਦਾ ਆ ਡੁੱਬਦੇ ਨੂੰ ਦੇਖ ਕੇ ਦਾ ਸਾਰਾ ਪਿਆਸੇ ਨੂੰ ਤੁੱਪ ਕੇ ਦਾ ਸਾਰਾ ਸਹੀ ਗੱਲ ਆ ਠੀਕ ਆ ਤੇ ਜਦੋਂ ਉਹਨੂੰ ਥੋੜੀ ਜਿਹੀ ਮਿਹਨਤ ਕਰਕੇ ਜੇ ਖੂਹ ਖੋਦ ਕੇ ਥੋੜਾ ਜਿਹਾ ਵੀ ਪਾਣੀ ਮਿਲਦਾ ਹੈ ਉਹ ਉਹਦੇ 'ਚ ਖੁਸ਼ ਹੋ ਜਾਂਦਾ ਕਿ ਹਾਂ ਵੀ ਮੇਰਾ ਗੁਜ਼ਾਰਾ ਚੱਲ ਜੂਗਾ ਥੋੜੇ ਦਿਨਾਂ ਲਈ
जिन्ना पानी रोज लाई थोड़ा जगह ते चाहिदा आ ओ लंघी जांदा ओदी प्यास भी हौली 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 दिन ब दिन घटदी जांदी आ क्यों क्योंकि पानी हौली हौली घटदा जांदा पर ओनू पता भी नहीं लगदा कि हौली हौली ओदी प्यास भी घटदी जांदी आ डूंगा चले गया हां ओनू पता नहीं लगा मेरी प्यास घट गई हां भी पहला जे 1 लीटर पानी पी के सरदा सी ता हुण ओ 100 ग्राम नाले सार लैंदा पर ओनू पता नहीं लगा मेरी प्यास घट गई क्यों क्योंकि ओनू लगदा चल पानी मिलते रहा जे ना मिले जमा ही उसकी बजाय मतलब मेरे को इतना पानी है कि हाँ मैं सार सकता है पर ओनू ऐ दसन वाला कोई नहीं हुंदा उदे कोल कि बई इथों 1 किलोमीटर दूर ते बहुत बड़ा झरना है क्योंकि वो डिगवा चली गया हाँ जे पहला उपर उपर हुंदा तां शायद दस पर ओनू पता नहीं सी वी मैनूं पता ते जेडे इहदी एनालॉजी ऐ आ कि जेड़े साड़े दोस्त मित्र होंदे आ या जेड़े बंदिया ने देखिया किसे अपने घर वाले नाल या अपने फ्रेंड्स नाल डोमेस्टिक वायलेंस होंदा होया कई बार वो डर दे मारे शर्म दे मारे सोसाइटी दे मारे कि भी असी कदों बिच जाइए वो बंदे नाल गल नहीं करते ओदो नहीं गल करते जदो इनिशियली पुट रहे ओके सो एक मिनट समझ लेना कहने का भाव भी जे बंदा कोई किसी बंदे नाल व्याह करवाउंदा लव मैरिज हुंदा ਪਹਿਲਾਂ ਸਾਇੰਸ ਹੁੰਦੇ ਨੇ ਵੀ ਉਹ ਬੰਦੇ ਦਾ ਸੁਭਾਅ ਬੰਦੇ ਦਾ ਜਾਂ ਉਹ ਲੇਡੀ ਦਾ ਸੁਭਾਅ ਡੋਮੈਸਟਿਕ ਵਾਇਲੈਂਸ ਵਾਲਾ ਹੈਗਾ ਪਰ ਦੋਸਤ ਚੁੱਪ ਕਰ ਜਾਂਦੇ ਨੇ ਆਲੇ ਦੁਆਲੇ ਵਾਲੇ ਤੇ ਉਹ ਜਿਹੜਾ ਬੰਦਾ ਹੁੰਦਾ ਪਹਿਲਾਂ ਉਹ ਥੋੜਾ ਬਹੁਤ ਪਿਆਰ ਮਿਲਦਾ ਰਹਿੰਦਾ ਉਹ ਫਸਾ ਲੈਂਦੇ ਨੇ ਇੱਕ ਦੂਜੇ ਜਾਲ ਦੇ ਵਿੱਚ ਡੋਮੈਸਟਿਕ ਵਾਇਲੈਂਸ ਵਾਲੇ ਤੇ ਉਦੋਂ ਫਰੈਂਡ ਹੁੰਦੇ ਨੇ ਪਰ ਉਹ ਬੰਦੇ ਨੂੰ ਆਦਤ ਪੈ ਜਾਂਦੀ ਆ ਘੱਟ ਪਾਣੀ ਤੇ ਜਿਉਣ ਦੀ ਘੱਟ ਪਿਆਰ ਤੇ ਜਿਉਣ ਦੀ ਜ਼ਿਆਦਾ ਅਬਿਊਜ਼ ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਵੀ ਮੇਰਾ ਪਿਆਰ ਘੱਟ ਗਿਆ ਕੁੱਟ ਵੱਧ ਗਈ ਅਬਿਊਜ਼ ਵੱਧ ਗਿਆ ਪਰ ਉਹ ਡੂੰਘਾ ਚਲ ਗਿਆ ਇਸ ਕਰਕੇ ਫਰੈਂਡ ਸਾਈਡ ਤੋਂ ਪਰੇ ਹੋ ਗਏ ਉਹਨੂੰ ਫਿਰ ਕੋਈ ਦੱਸਣ ਵਾਲਾ ਨਹੀਂ ਰਿਹਾ ਇਹਦਾ ਵੈਰੀ ਸਿਮਿਲਰ ਤੇ ਹੈ ਜਦ ਆਪਾਂ ਫਿਟਨੈਸ ਤੋਂ ਦੇਖ ਲਓ ਜਦ ਆਪਾਂ ਸ਼ੁਰੂ ਕਰਦੇ ਹਾਂ ਫਿਟਨੈਸ ਸਾਨੂੰ ਪਹਿਲਾਂ ਪਹਿਲਾਂ ਬਹੁਤ ਥਕਾਵਟ ਹੁੰਦੀ ਆ ਸਾਡੇ ਮਸਲਸ ਨੂੰ ਬਹੁਤ ਜ਼ਿਆਦਾ ਥਕਾਵਟ ਹੁੰਦੀ ਆ ਬਹੁਤ ਦੁਖਦੇ ਨੇ ਹੈਨਾ ਪਰ ਜਿਵੇਂ ਜਿਵੇਂ ਸਾਡੀ ਫਿਟਨੈਸ ਦੀ ਰਜੀਮ ਵੱਧਦੀ ਜਾਂਦੀ ਆ ਹੌਲੀ ਹੌਲੀ ਸਾਡੇ ਮਸਲਸ ਪਹਿਲਾ ਘੰਟਾ ਲਾ ਹਾਂ ਜਿਹੜਾ ਪਹਿਲਾ ਘੰਟਾ ਲੱਗਦਾ ਸੀ ਮਰ ਗਿਆ ਫਿਰ ਬੰਦਾ ਕਹਿੰਦਾ ਮੈਂ 2 ਘੰਟੇ ਕੰਮ ਕਰ ਦੂੰ ਸਟੈਮਿਨਾ ਵੱਧ ਜਾਂਦਾ ਸਟੈਮਿਨਾ ਵੱਧਦਾ ਉਹੀ ਸਟੈਮਿਨਾ ਡੋਮੈਸਟਿਕ ਵਾਲੇ ਦੇ ਵਿਕਟਮ ਦਾ ਵੱਧ ਜਾਂਦਾ ਵਿਕਟਮ ਦਾ ਵੱਧ ਜਾਂਦਾ ਹੈ ਸਹਿਨਸ਼ੀਲਤਾ ਵੱਧ ਜਾਂਦੀ ਹੈ ਸੋ ਉਹ ਸਹਿਨਸ਼ੀਲਤਾ ਵਧਣ ਦੀ ਜਿਹੜੀ ਗੱਲ ਆ ਉਹ ਕੋਈ ਪੋਜ਼ਿਟਿਵ ਚੀਜ਼ ਨਹੀਂ ਹੈਗੀ ਕਿਉਂਕਿ ਚਾਹੇ ਉਹ ਬਦਲੀ ਨੈਗੇਟਿਵ ਹੈ ਪਰ ਡੋਮੈਸਟਿਕ ਵਾਲਾ ਜਿਹੜਾ ਕਰਦਾ ਜਿਹੜਾ ਕੁੱਟਦਾ ਜਾਂ ਮਾਰਦਾ ਉਹਦੇ ਲਈ ਵਧੀਆ ਚੀਜ਼ ਹੈ ਹਾਂ ਕਿਉਂਕਿ ਉਹਨੂੰ ਵਿਕਟਮ ਮਿਲ ਗਿਆ ਤੇ ਜਿਹੜੇ ਬਾਈ ਸਟੈਂਡਰਡਸ ਨੇ ਜਿਹੜਾ ਮਤਲਬ ਹੈ ਕਿ ਰਿਸ਼ਤੇਦਾਰ ਹੋ ਗਏ ਭੈਣ ਭਰਾ ਹੋ ਗਏ ਫਰੈਂਡਸ ਹੋ ਗਏ ਸਾਰੇ ਹੋ ਗਏ ਤੁਹਾਡਾ ਫਰਜ਼ ਹੈ ਕਿ ਤੁਸੀਂ ਚੁੱਪ ਰਹਿਣ ਦੀ ਬਜਾਏ ਜਦੋਂ ਉਹ ਸ਼ੁਰੂ ਹੋ ਰਹੀ ਹੈ ਚੀਜ਼ ਉਸੇ ਟਾਈਮ ਉਹ ਬੰਦੇ ਨੂੰ ਐਜੂਕੇਟ ਕਰੋ ਕਿ ਹਾਂਜੀ ਚਲ ਮੈਂ ਸਟਾਪ ਕਰ ਰਿਹਾ ਇੱਥੇ ਇਹ ਨਹੀਂ ਮੇਰਾ ਜਿਹੜਾ ਥੈਂਕ ਯੂ ਵੈਰੀ ਨਾਈਸ ਜਿਹੜੀ ਤੂੰ ਇਹ ਐਗਜ਼ਾਮਪਲ ਲੈ ਕੇ ਆਈ ਤਾਂ ਹੀ ਮੈਂ ਵੀਡੀਓ ਬਣਾਈ ਸੀ ਮੈਨੂੰ ਲੱਗਦਾ ਆਪਾਂ ਨੂੰ ਕੱਟਣੀ ਵੀ ਪੈਣੀ ਇੱਦਾਂ ਹੀ ਪਾ ਦੇਣੀ ਆਪਾਂ ਮੈਂ ਕਹਿ ਰਿਹਾ ਸੀ ਵੀ ਆਪਾਂ ਹੋਰ ਕਿਸੇ ਨੂੰ ਨਹੀਂ ਇਹ ਹੈਗੀ ਸਿਰਫ ਤੇ ਸਿਰਫ ਜਿਹਦੇ ਨਾਲ ਡੋਮੈਸਟਿਕ ਵਾਇਲੈਂਸ ਹੋ ਗਿਆ ਦੋਸਤਾਂ ਨੂੰ ਨਹੀਂ ਕਹਿਣਾ ਵੀ ਤੁਸੀਂ ਕੀ ਕਰਨਾ ਡੋਮੈਸਟਿਕ ਵਾਇਲੈਂਸ ਕਰਨ ਵਾਲੇ ਨੂੰ ਨਹੀਂ ਕਹਿਣਾ ਆਪਾਂ ਵਿਕਟਮ ਨੂੰ ਕਿਵੇਂ ਹੁਣ ਵਿਕਟਮ ਜਿਹੜਾ ਹੁਣ ਥੱਲੇ ਚਲੇ ਗਿਆ ਉਹਨੂੰ ਆਪਾਂ ਕੀ ਕਹੀਏ ਉਹਦੇ ਕੋਲ ਕੀ ਚਾਰਾ ਵਿਕਟਮ ਤੋਂ ਸਰਵਾਈਵਰ ਕਿਵੇਂ ਬਣ ਸਕਦਾ ਮੇਰੇ ਖਿਆਲ ਚ ਤੇ ਵੀ ਜੇ ਹੁਣ ਤੁਹਾਨੂੰ ਲੱਗਦਾ ਆ ਕਿ ਹਾਂ ਵੀ ਕਿਉਂਕਿ ਪਹਿਲਾਂ ਜਿਹੜੀ ਚੀਜ਼ ਹੌਲੀ ਹੌਲੀ ਹੋ ਰਹੀ ਹੋਣੀ ਆ ਹੁਣ ਓਬਵੀਅਸਲੀ ਘਰੇ ਰਹਿਣ 24 ਘੰਟੇ ਰਹਿਣ ਦੇ ਕਰਕੇ ਉਹਦੀ ਫ੍ਰੀਕੁਐਂਸੀ ਵੀ ਵੱਧ ਜਾਣੀ ਆ ਔਰ ਤੁਹਾਨੂੰ ਇਹ ਫੀਲ ਹੋ ਵੀ ਰਿਹਾ ਹੋਣਾ ਐਂਡ ਜੇ ਤੁਹਾਨੂੰ ਇਹ ਫੀਲ ਹੋ ਰਿਹਾ ਮਹਿਸੂਸ ਹੋ ਰਿਹਾ ਇਹਦਾ ਮਤਲਬ ਤੁਹਾਨੂੰ ਪਤਾ ਲੱਗਣ ਲੱਗ ਗਿਆ ਕਿ ਪਾਣੀ ਹੌਲੀ ਹੌਲੀ ਸੁੱਕਣ ਜਾ ਰਿਹਾ ਸੁੱਕਣ ਲੱਗਿਆ ਤੇ ਮੇਰੇ ਸਿਰ ਤੋਂ ਦੂਜੀ ਐਨਾਲੋਜੀ ਸੁੱਕ ਹਾਂਜੀ ਮਤਲਬ ਪਾਣੀ ਹੁਣ ਸੁੱਕਣ ਵਾਲਾ ਆ ਵੀ ਇਹ ਤੋਂ ਪਹਿਲਾਂ ਕਿ ਉਹ ਪੂਰੀ ਤਰ੍ਹਾਂ ਸੁੱਕ ਜਾਵੇ ਤੇ ਮੇਰੇ ਕੋਲ ਫਿਰ ਕੁਛ ਵੀ ਆਪਣੇ ਕੋਲ ਨਾ ਹੋਵੇ ਉਹ ਤੋਂ ਬੈਟਰ ਆ ਕਿ ਤੁਸੀਂ ਹੁਣ ਆਪਣੇ ਸਟੈਪਸ ਲਓ ਇਹਦੇ ਵਿੱਚ ਅਸੀਂ ਤੁਹਾਨੂੰ ਕਿਵੇਂ ਜ਼ਿਆਦਾ ਗਾਈਡ ਨਹੀਂ ਕਰ ਸਕਦੇ ਕਿ ਕੀ ਸਟੈਪਸ ਹੈਗੇ ਆ ਬਟ ਇੰਨਾ ਮੈਨੂੰ ਪਤਾ ਹੈ ਕਿ ਗਵਰਨਮੈਂਟ ਨੇ ਬਹੁਤ ਜ਼ਿਆਦਾ ਇਸ ਟਾਈਮ ਅਵੇਅਰਨੈਸ ਸਟੈਪਸ ਲਿੱਤੇ ਨੇ ਕਿ ਜਿਹੜੇ ਡੋਮੈਸਟਿਕ ਚੱਲ ਰਿਹਾ ਕ੍ਰਾਈਸਿਸ ਚੱਲ ਰਿਹਾ ਵੀ ਘਰੇ ਤੁਸੀਂ ਡਾਕਟਰ ਤੁਹਾਡੇ ਰਿਸ਼ਤੇਦਾਰਾਂ ਨੇ ਕੰਮ ਨਹੀਂ ਆਉਣਾ ਜਿਹੜਾ ਬੰਦਾ ਤੁਹਾਨੂੰ ਕੁੱਟ ਮਾਰ ਰਿਹਾ ਬੰਦਾ ਜਾਂ ਬੰਦੀ ਤੁਹਾਨੂੰ ਕੁੱਟ ਮਾਰ ਰਿਹਾ ਉਹਨੇ ਤੁਹਾਡੇ ਕੰਮ ਨਹੀਂ ਆਉਣਾ ਤੁਹਾਡੇ ਕੰਮ ਕਿਸਨੇ ਆਉਣਾ ਐਟ ਦਿਸ ਪੁਆਇੰਟ ਇਨ ਟਾਈਮ ਸਰਕਾਰ ਨੇ ਹਰੇਕ ਵੈਸਟਰਨ ਸਰਕਾਰ ਨੇ ਹੀਲੇ ਕੀਤੇ ਹੋਏ ਨੇ ਐਮਰਜੈਂਸੀ ਨੰਬਰ ਜਿਹੜੇ ਹੈਗੇ ਨੇ ਚੁੱਪ ਕਰਕੇ ਪਹਿਲਾਂ ਤਾਂ ਇਹ ਵੀਡੀਓ ਦੇਖ ਕੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਖੂਹ ਦੇ ਉਸ ਵਿੱਚ ਪਹੁੰਚ ਚੁੱਕੇ ਹੋ ਵੀ ਤੁਹਾਡਾ ਪਾਣੀ ਸੁੱਕਣ ਵਾਲਾ ਤਾਂ ਇਹ ਨਾ ਸਮਝੋ ਤੁਸੀਂ ਇਕੱਲੇ ਹੋ ਸਰਕਾਰ ਤੁਹਾਡੇ ਨਾਲ
ਬਾਹਰਲੇ ਮੁਲਕਾਂ ਦੀ, ਮੈਂ ਹੋਰ ਕਿਸੇ ਕੰਟਰੀ ਦੀ ਗੱਲ ਨਹੀਂ ਕਰ ਸਕਦਾ ਕਿਉਂਕਿ ਦਿੰਦੀ ਕਹਿਣਗੇ, ਬਟ ਉਹ ਸਰਕਾਰ ਤੁਹਾਡੇ ਨਾਲ, ਅਤੇ ਉਹ ਫਿਰ ਤੁਹਾਨੂੰ ਤੁਸੀਂ ਕੀ ਕਰਨਾ, ਇਹ ਤੁਹਾਡੇ 'ਤੇ ਆ ਵੀ ਤੁਸੀਂ ਹੁਣ ਜੇ ਵਿਕਟਮ ਹੋ ਪਹਿਲਾਂ ਰੀਅਲਾਈਜ਼ ਕਰੋ ਵੀ ਮੈਂ ਵਿਕਟਮ ਹਾਂ, ਮੈਂ ਦੂੰਗਾ ਪਾਣੀ 'ਚ ਪਹੁੰਚ ਰਿਹਾ ਜਿਵੇਂ ਇਹਨੇ ਕਿਹਾ ਵੀ ਪਾਣੀ ਮੁੱਕਣ ਵਾਲਾ, ਨਹੀਂ ਮੇਰੇ ਤੋਂ ਸਹਿ ਰਿਹਾ, ਇਹ ਫਿਕਰ ਛੱਡੋ ਦੁਨੀਆ ਕੀ ਕਹੂਗੀ, ਦੋਸਤ ਕੀ ਕਹਿਣਗੇ, ਹੂ ਗਿਵਸ ਅ, ਇਸ ਟਾਈਮ ਤਾਂ ਵੈਸੇ ਵੀ ਕੁਛ ਨਹੀਂ ਕਹਿੰਦੇ, ਐਗਜੈਕਟਲੀ, ਤੁਸੀਂ ਸਿਰਫ ਤੇ ਸਿਰਫ ਗੌਰਮੈਂਟ ਦਾ ਸਹਾਰਾ ਲਓ, ਆਈ ਥਿੰਕ ਆਪਾਂ ਨੂੰ ਰਾਹ ਮਿਲ ਗਿਆ ਜਿਹੜਾ ਮੈਂ ਚਾਹੁੰਦਾ ਸੀਗਾ, ਵੀ ਤੁਸੀਂ ਗੌਰਮੈਂਟ ਨੂੰ ਸਿੱਧੀ ਕਾਲ ਕਰੋ, ਪੁਲਿਸ ਵਾਲੇ ਚੱਲ ਰਹੀ ਹੈ, ਐਂਬੂਲੈਂਸ ਵਾਲੇ ਚੱਲ ਰਹੇ ਨੇ, ਨੈਕਸਟ ਟਾਈਮ ਤੁਹਾਡੇ ਨਾਲ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਵੀ ਤੁਹਾਡਾ ਕੋਈ ਡੋਮੈਸਟਿਕ ਵਾਇਲੈਂਸ ਵਾਲੀ ਕੋਈ ਚੀਜ਼ ਹੁੰਦੀ ਹੈ, ਪਲੀਜ਼ ਹੈਜੀਟੇਟ ਨਾ ਕਰੋ, ਹੁਣ ਜੇ ਹਾਂ ਤੁਹਾਡਾ ਫੋਨ ਫੋਨ ਫੜ ਕੇ ਰੱਖਿਆ ਹੋਇਆ ਬੜੇ ਵਾਰ, ਤਾਂ ਚੁੱਪ ਕਰਕੇ ਦਰਵਾਜ਼ਾ ਖੋਲੋ, ਬਾਹਰ ਘੁੰਮਣ ਚਲ ਜਾਓ, ਆਪੇ ਫੜ ਲੈਣਾ ਤੁਹਾਨੂੰ ਪੁਲਿਸ ਨੇ ਵੀ ਹਾਂ ਤੁਸੀਂ ਕ੍ਰਾਈਸਿਸ 'ਚ ਬਾਹਰ ਫਿਰਦੇ ਹੋ, ਦੇ ਸੋ ਮੈਨੀ ਡਿਫਰੈਂਟ ਵੇਜ਼, ਬਟ ਪਹਿਲੀ ਗੱਲ ਰੀਅਲਾਈਜ਼ ਕਰੋ ਵੀ ਤੁਸੀਂ ਵਿਕਟਿਮ ਹੋ, ਫਿਰ ਡਿਸਾਈਡ ਕਰੋ ਮੈਂ ਸਰਵਾਈਵਰ ਬਣਨਾ, ਕਿਸੇ ਦੋਸਤ ਮਿੱਤਰ ਨੂੰ ਫੋਨ ਕਰਨ ਦੀ ਲੋੜ ਨਹੀਂ, ਗੌਰਮੈਂਟ ਦਾ ਸਹਾਰਾ, ਕਿਉਂਕਿ ਇਸ ਟਾਈਮ ਵਲਨਰੇਬਲ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਦੇ ਰਹੀ ਹੈ ਗਵਰਨਮੈਂਟ, ਬਹੁਤ ਜ਼ਿਆਦਾ ਉਹਨਾਂ ਨੇ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ ਹਰ ਕੰਟਰੀ ਦੀ ਗਵਰਨਮੈਂਟ ਨੇ ਕਿ ਹਾਂ ਵੀ ਅਸੀਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਉਹ ਜਿਹੜੇ ਵੀ ਕ੍ਰਾਈਸਿਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਬਾਹਰ ਕੱਢ ਸਕੀ, ਔਰ ਉਹਨਾਂ ਨੇ ਐਕਚੁਲੀ ਇਹ ਚੀਜ਼ ਨੂੰ ਐਕਸੈਪਟ ਕੀਤਾ ਆ ਕਿ ਘਰੇ ਰਹਿਣਾ ਸਟ੍ਰੈਸਫੁਲ ਆ ਸਾਰਿਆਂ ਨੂੰ, ਨਾਰਮਲ ਬੰਦੇ ਜਿਨ੍ਹਾਂ ਦੇ ਰਿਲੇਸ਼ਨਸ਼ਿਪ ਵਧੀਆ ਨੇ ਉਹਨਾਂ ਲਈ ਸਟ੍ਰੈਸਫੁਲ ਆ, ਹਾਂਜੀ ਜੇ ਆਪਾਂ ਇੱਕ ਦੂਜੇ ਨੂੰ ਕਹੀਏ ਵੀ ਹਾਂ ਵੀ ਚਾਹ ਬਣਾ ਦੇ, ਦੋ ਵਾਰੀ ਜ਼ਿਆਦਾ ਐਕਸਟਰਾ ਕਹਿਤਾ, ਜੇ ਨਾਰਮਲ ਦੋ ਵਾਰੀ ਤੀਜੀ ਵਾਰੀ ਬੰਦਾ ਖੁਦ ਕਹਿੰਦਾ ਮੈਂ, ਉੱਥੇ ਲੜਾਈ ਹੋ ਜਾਂਦੀ ਹੈ, ਉਹ ਲੜਾਈ ਜਿਹੜੀ ਬਰਾਬਰ ਦੀ, ਚਲੋ ਡੋਮੈਸਟਿਕ ਵਾਇਲੈਂਸ ਦੇ ਵਿੱਚ ਇੱਕ ਬੰਦਾ ਹਾਵੀ ਹੁੰਦਾ, ਸੋ ਇਹ ਟੈਨਸ਼ਨ ਦੀ ਘੜੀ ਹੈ, ਸੋ ਚਲੋ ਏਦੋ ਵਧੀਆ ਨਹੀਂ ਆਪਾਂ ਏਦੋ ਗੱਲ ਵੀ ਨਹੀਂ ਸਮਝਾ ਸਕਦੇ, ਇਹ ਸਿਰਫ ਤੇ ਸਿਰਫ ਵਿਕਟਮ ਲਈ ਵੀਡੀਓ, ਜੇ ਬਾਈ ਚਾਂਸ ਤੁਹਾਡੇ ਕੋਲ ਸਾਡੀ ਇਹ ਵੀਡੀਓ ਪਹੁੰਚ ਗਈ ਤੇ ਤੁਸੀਂ ਦੇਖ ਰਹੇ ਹੋ ਤਾਂ ਪਲੀਜ਼ ਬੰਦ ਕਰਕੇ ਵੀਡੀਓ ਸੋਚੋ ਵੀ ਤੁਸੀਂ ਕਿੱਥੇ ਕੋ, ਤੁਸੀਂ ਹਲੇ ਉੱਪਰਲੇ ਲੈਵਲ ਤੇ ਹੋ, ਖੂਬ ਖੂਬ ਪੱਟਣ ਦੇ ਆਪਣਾ ਕਿ ਤੁਸੀਂ ਥੱਲੇ ਤੱਕ ਪਹੁੰਚ ਗਏ ਹੋ, ਤੇ ਤੁਹਾਨੂੰ ਹੁਣ ਆਈਡੀਆ ਵੀ ਦੱਸਤਾ, ਹੋਰ ਕੋਈ ਚਾਰਾ ਨਹੀਂ, ਗੌਰਮੈਂਟ ਕੋਲ ਜਾਓ, ਜਿਹੜੇ ਅਵੇਲੇਬਲ ਰਿਸੋਰਸਿਸ ਨੇ ਉਹ ਕਰੋ, ਉਸ ਤੋਂ ਬਾਅਦ ਦੇਖੀ ਜਾਓ ਜ਼ਿੰਦਗੀ ਇੱਕ ਵਾਰ ਆਉਣੀ, ਕਿਉਂਕਿ ਇਹ ਕਿੰਨੀ ਦੇਰ ਚੱਲਣਾ ਹੈ ਕਿਸੇ ਨੂੰ ਪਤਾ ਨਹੀਂ ਹਲੇ, ਐਂਡ ਕਿਉਂਕਿ ਹੁਣ ਜੇ ਤੁਹਾਡੇ ਜਿਹੜੇ ਪਹਿਲਾਂ ਡੋਮੈਸਟਿਕ ਵਾਲਿਆਂ ਦੀ ਕੋਈ ਮਾੜੀ ਦੁਰਘਟਨਾ ਸਾਲ ਦੇ ਵਿੱਚ ਹੋਣੀ ਸੀ ਤਾਂ ਉਹ ਸ਼ਰਿੰਕ ਕਰਕੇ ਹੁਣ ਬਹੁਤ ਜ਼ਿਆਦਾ ਅਰਜੈਂਟ ਟਾਈਮ, ਤੇ ਪਲੱਸ ਹੁਣ ਕਿਉਂਕਿ ਜਵਾਕਾਂ ਦੇ ਵੀ ਸਕੂਲ ਬੰਦ ਕਰਤੇ ਨੇ ਗਵਰਨਮੈਂਟ ਨੇ ਕਈ ਜਗ੍ਹਾ, ਜਿਹੜੀ ਚੀਜ਼ ਪਹਿਲਾਂ ਦੋ ਲੋਕਾਂ ਦੇ ਵਿੱਚ ਹੁੰਦੀ ਸੀ ਹੁਣ ਜਵਾਕਾਂ ਦੇ ਸਾਹਮਣੇ ਹੋਊਗੀ, ਹਾਂਜੀ ਜੇ ਤੇ ਉਹਨਾਂ ਤੇ ਵੀ ਇਫੈਕਟ ਪਏਗਾ ਔਰ ਮੈਂਟਲੀ ਉਹਨਾਂ ਦੇ ਬਾਰੇ ਵੀ ਪਏਗਾ, ਤੇ ਇਸ ਕਰਕੇ ਤੁਹਾਨੂੰ ਇਹ ਵੀ ਸੋਚਣਾ ਹੈ ਕਿ ਇਕੱਲਾ ਤੁਹਾਡਾ ਖੂਨ ਹੀ ਹੈਗਾ ਹੈ, ਇਹਦੇ ਵਿੱਚ ਹੋਰ ਵੀ ਲੋਕ ਇਨਵੋਲਵ ਨੇ ਜਿਨ੍ਹਾਂ ਨੇ ਉਹੀ ਥੋੜੇ ਜਿਹੇ ਪਾਣੀ ਤੋਂ ਗੁਜ਼ਾਰਾ ਕਰਨਾ ਤੇ ਉਹ ਕਿੰਨੀ ਜਲਦੀ ਭਰ ਜਾਣਾ, ਜੇ ਨੋਰਮਲ ਜਿਹੜੇ ਹੈਗੇ ਨੇ ਜਿਹੜੇ ਡੋਮੈਸਟਿਕ ਵਾਇਲੈਂਸ ਤੋਂ ਪਰੇ ਨੇ, ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਹਾਨੂੰ ਸ਼ਾਇਦ ਲੱਗਦਾ ਵੀ ਤੁਸੀਂ ਕਿਸੇ ਨੂੰ ਇਹੋ ਜਿਹੇ ਬੰਦੇ ਨੂੰ ਜਾਣਦੇ ਹੋ, ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ, ਕਈ ਵਾਰੀ ਆਪਾਂ ਗੱਲ ਨਹੀਂ ਸਮਝਾ ਸਕਦੇ, ਮੈਂ ਤਾਂ ਹੀ ਕਿਹਾ ਸੀਗਾ ਵੀ ਕੋਈ ਇੱਦਾਂ ਦੀ ਗੱਲ ਆ ਜੇ, ਚਲੋ ਇੰਨੀ ਇੰਨੀ ਸਾਡੀ ਬੇਨਤੀ ਕਬੂਲ ਕਰਿਓ ਅਤੇ ਜਿਉਂਦੇ ਵਾਸਤੇ ਰਹੋ, ਸੇਫ ਰਹੋ ਅਤੇ ਸਰਬੱਤ ਦਾ ਭਲਾ, ਚੜ੍ਹਦੀ ਕਲਾ। ਰੱਬ ਰੱਖਾ।